ਕੌਣ ਬਿਠਾਉਂਦਾ ਜੀ? ਅਸੀਂ ਤੁਸੀਂ ਬਿਠਾਉਂਦੇ ਹੋ, ਤੁਸੀਂ ਹੱਦ ਖਾ ਲਿਓ ਸੈਲਰ ਵਾਲਿਆਂ ਦੇ ਨਾਲ ਨਾਲ ਕੇ। ਤੁਸੀਂ ਕਹਿੰਦੇ ਤੁਹਾਡਾ ਮੋਇਚਰ ਕਿੰਨਾ ਤੁਸੀਂ? ਹਾਂ ਮੈਂ ਕਿਹਾ 23, ਤੁਸੀਂ 23 ਦਿਖਾਇਆ, ਮੈਂ 20 ਦਿਖਾਉਣਾ। ਉਹੀ ਤੁਹਾਡੀ ਮਸ਼ੀਨ, ਤੁਸੀਂ 20 ਦਿਖਾਉਂਦੇ? ਉਹੀ ਤੁਹਾਡੀ ਮਸ਼ੀਨ, ਤੁਸੀਂ 20 ਦਿਖਾਉਂਦੇ? ਉਹ ਹੱਥਾਂ ਦੇ ਕੀ ਬਣਿਆ ਜਿਹੜਾ ਤੁਸੀਂ 23 ਕਰੀ ਜਾਂਦੇ ਹੋ? ਤੁਸੀਂ 20 ਦਿਖਾਉਂਦੇ ਹੋ? ਹਾਂ 20 ਦਿਖਾਇਆ ਲੋਕਾਂ ਦੇ ਸਾਹਮਣੇ। ਸਰਕਾਰ ਲੈਂਦੀ ਆ? ਨਹੀਂ ਲੈਂਦੀ। ਜਿਹਦਾ 17 ਦਾ ਤੂੰ 20 ਲਈ ਜਾਣਾ? ਮੈਂ ਕਹੂੰਗਾ ਜੀ, ਜਿਹਦਾ 17 ਦਾ 20 ਲਈ ਜਾਣਾ, ਕੋਈ ਮਤਲਬ ਨਹੀਂ। ਤੂੰ ਲਈ ਜਾਣਾ ਆ 17, 3 ਕੱਢ ਕੇ ਆਇਆ ਮੈਂ ਉੱਥੇ ਢੇਰੀ ਤੇ ਪਰਲੇ ਪਾ। ਆ ਦੇਖ ਤੇਰੇ ਹੱਥ ਨਾਲ ਪਾ ਓਏ, ਪਾ ਉਹਦੇ ਹੱਥ ਨਾਲ ਪੱਟ ਜਾਂਦੇ ਆ। ਤੈਨੂੰ ਸਰਕਾਰ ਨੌਕਰੀ ਦਿੰਦੀ ਆ, ਤੈਨੂੰ ਲੁੱਟਣ ਵਾਸਤੇ ਲੈਂਦਾ ਇੱਥੇ। ਉਹ ਮੈਨੂੰ ਮੈਂ ਪਾ ਕੇ ਮੈਂ ਤੇਰਾ ਬੰਦਾ ਬੋਲਾ ਸੀ, ਉਹ ਮੈਨੂੰ ਮੈਂ ਪਾ ਬੰਦੇ ਨੂੰ ਪਾ ਲੈ, ਉਹ ਮੈਨੂੰ ਮੈਂ ਪੂਆ ਕੇ ਮੈਂ ਉਹ ਬੋਲਾ ਸੀ। ਹੋਰ ਤੂੰ ਲੱਗਿਆ ਬੰਦਿਆਂ ਨੂੰ ਕੋ ਪੜ, ਪਹਿਲਾਂ ਤੂੰ ਲੱਗਿਆ ਦੇ ਪਹਿਲਾਂ ਤਾਂ ਕੇ ਆਇਆ ਹਾਂ ਥੱਲੇ ਮਹੀਰਾ ਕੈਂਡਾ ਹੁਣ ਪਹਿਲਾਂ ਤੂੰ ਇੱਕ ਵਜ ਬਣਾ ਤੇ ਹੁਣ ਤੂੰ ਬਣਾ ਤੇ ਉਹ ਤੇਰਾ ਡੰਡਾ ਚੜ। ਐਂ ਪਾ ਲੈਨੀ ਜੀ ਆਪਾਂ ਡਾ ਕੇ ਬੋਲ ਨੂੰ ਦੱਸੋ, ਹੱਥੋਂ ਨਾ ਉਤਰੋ ਹੁਣ ਤਾਂ ਜਾਂਦੇ ਹੀ ਨਹੀਂ। ਉਹਦਾ ਪਾਹਾਂ ਬਾਇਆ ਸਰ ਤੱਕਾ ਹੋਰ ਕਿੰਨਾ ਆ ਗਿਆ ਬਾਈ? ਇੱਕ ਹੁੰਦਾ ਜੀ ਬਾਈ ਇੱਕ, ਜਦੋਂ ਰੇਸ਼ਮ ਮੌਲਾ ਤੋਂ ਕਿੰਨਾ ਆਇਆ ਸੀ? ਬਾਈ 6 ਆਇਆ ਸੀ। ਉਹਦਾ ਬਾਈ ਨੌ ਆਇਆ ਸੀ? 6 ਆਇਆ। ਬਾਈ ਨੌ ਆਇਆ ਸੀ? ਬਾਈ ਆਇਆ ਇੱਕ ਵਾਰ। ਅੱਛਾ ਹੁਣ ਹੁਣ ਤੂੰ ਇਹੀ ਜਾਣੇ ਮੈਨੂੰ ਕੋ, ਹੁਣ ਤਾਂ ਆਪਦੇ ਨੇ ਘਰ ਕੇ ਦੇਖ ਲੈਣਾ। ਤੁਸੀਂ ਲੁੱਟ ਲਿਆ, ਖਾ ਲਿਆ ਤੁਸੀਂ ਪੰਜਾਬ ਦਾ ਸਾਰਾ। ਜਦੋਂ ਬੰਦਾ ਪਾਉਂਦਾ ਨੌਕਰ ਪਾਉਂਦਾ ਉਦੋਂ 23 ਨੌ ਆਉਂਦਾ, ਜਦੋਂ ਲੋਕਾਂ ਨੇ ਘੇਰਿਆ ਤਾਂ 23 ਆਇਆ। ਆਹ ਦੇਖੋ ਵੀ ਲੋਕ ਆਹ ਫਰਕ ਰਹਿੰਦਾ ਕਹਿੰਦਾ ਲੋਕਾਂ ਨੇ ਇਕੱਠ ਕਰਕੇ ਜਿਹੜਾ ਜਲੂਸ ਕੱਢਣਾ ਸਮਾਜ, ਤੁਸੀਂ ਲੋਕਾਂ ਨੂੰ ਹੈਰਾਨ ਕਰ ਰਹੇ, ਤੁਸੀਂ ਖਾ ਲਿਆ ਲੁੱਟ ਕੇ ਲੋਕਾਂ ਨੂੰ। ਤੁਹਾਡਾ ਜਿੰਨੇ ਦੇ ਠੋਸੜੇ ਨੀ ਪੈਂਦੇ ਲੋਕ ਲਾਉਂਦੇ, ਇੰਨਾ ਇਕੱਠਾ ਹੋ ਕੇ ਤੁਸੀਂ ਮਜਬੂਰ ਕਰਤਾ ਲੋਕ ਇਕੱਠੇ ਹੋਣ ਲਈ, ਸੜਕਾਂ ਦਾ ਬਿਠਾਉਣ ਲਈ। ਫਿਰ ਕਹਿੰਦੇ ਨੇ ਕਿ ਸੜਕਾਂ ਦਾ ਬਹਿ ਕੇ ਹੱਲ ਕੀ ਹੈ? ਲੋਕ ਇੱਕੇ ਹੋਏ ਸੜਕਾਂ ਦਾ ਤੂੰ ਤਾਂ ਇੰਸਪੈਕਟਰ ਦੀ ਅੱਜ 15 ਦਿਨ ਹੋ ਗਏ ਸਾਨੂੰ ਜੱਟਾਂ ਨੂੰ ਇੱਥੇ ਬੈਠੇ, ਕਰਦਾ ਫੋਨ ਜੀ ਨੂੰ ਕਰਦਾ, ਤਿੰਨ ਤਿੰਨ ਪੈਸੇ ਡਾਈ ਜਾਂਦਾ ਰਲ ਮਿਲ ਕੇ। ਆਹ ਲੇਬਰਾਂ ਜਿਹੜੇ ਉਹ ਖੰਡਾ ਖੰਡਾ ਦਾਣੇ ਆ ਪਏ ਨੇ ਬਾਲਾ ਇਹਦੇ ਵਿੱਚ ਖਲੇ। ਆਹ ਦੇਖੋ ਇੱਧਰ ਥੱਲੇ ਬਾਣ, ਲੋਕਾਂ ਦੇ ਖੇਤਾਂ ਦੇ ਵਿੱਚ ਖੂਨ ਪਸੀਨੇ ਦੀ ਕਮਾਈ। ਆਹ ਦੇਖੋ ਆਹ ਰੋਹ ਮਿਲ ਕੇ ਆ ਲਿਆ ਲਿਆ ਇੱਧਰ ਲੈ ਜਾਣਾ। ਇਹ ਕਰਤੂਤ ਦੱਸੇ ਪੂਰੀ ਆਪਦੀ ਵੀ ਅਸੀਂ ਲੋਕਾਂ ਨੂੰ ਕਿਵੇਂ ਖੂਨ ਪੀਂਦੇ ਆ ਲੋਕਾਂ ਦਾ।